ਜਿਉਂ ਹੀ ਦੀਪ ਸਰਦਾਰਨੀ ਦੇ ਬ੍ਰਦਰ ਦੀ ਡੈਥ ਦੀ ਖਬਰ ਮਿਲਦੀ ਹੈ, ਚਾਰੇ ਪਾਸੇ ਉਦਾਸੀ ਛਾ ਜਾਂਦੀ ਹੈ। ਸਾਰੇ ਹੀ ਇਸ ਗੱਲ ਤੋਂ ਹੈਰਾਨ ਹੋ ਜਾਂਦੇ ਨੇ ਕਿ ਆਖਿਰ ਇੱਕੋ ਦਮ ਉਸ ਦੇ ਬ੍ਰਦਰ ਨੂੰ ਅਜਿਹਾ ਕੀ ਹੋਇਆ ਕਿ ਉਸ ਦੇ ਬ੍ਰਦਰ ਦੀ ਡੈਥ ਹੋ ਗਈ, ਕਿਉਂਕਿ ਇਸ ਤੋਂ ਪਹਿਲਾਂ ਕਦੇ ਵੀ ਅਜਿਹੀ ਖਬਰ ਸਾਹਮਣੇ ਨਹੀਂ ਆਈ ਸੀ ਕਿ ਦੀਪ ਸਰਦਾਰਨੀ ਦਾ ਬ੍ਰਦਰ ਠੀਕ ਨਹੀਂ ਹੈ। ਦੀਪ ਸਰਦਾਰਨੀ ਵੱਲੋਂ ਇਹ ਤਾਂ ਸਭ ਨਾਲ ਹੀ ਸ਼ੇਅਰ ਕੀਤਾ ਗਿਆ ਸੀ ਕਿ ਉਹ ਮਾਨਸਿਕ ਪੱਖ ਤੋਂ ਪਹਿਲੇ ਦਿਨ ਤੋਂ ਹੀ ਕਮਜ਼ੋਰ ਹੈ, ਪਰ ਸਿਹਤ ਸੰਬੰਧੀ ਉਸ ਦੀ ਕੋਈ ਵੀ ਮੁਸ਼ਕਿਲ ਦੀਪ ਸਰਦਾਰਨੀ ਵੱਲੋਂ ਸਾਂਝੀ ਨਹੀਂ ਕੀਤੀ ਗਈ। ਉੱਥੇ ਹੀ ਵੀਰ ਦੀ ਮੌਤ ਤੋਂ ਇੱਕ ਦਿਨ ਪਹਿਲਾਂ ਦੀਪ ਸਰਦਾਰਨੀ ਨੇ ਫਲਾਈਟ ਵਿੱਚ ਆਪਣੇ ਬ੍ਰਦਰ ਲਈ ਵੀਡੀਓ ਬੋਲ ਕੇ ਉਸ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ, ਜਿਸ ਵਿੱਚ ਉਸਨੇ ਦੱਸਿਆ ਕਿ ਉਸਦਾ ਬ੍ਰਦਰ ਐਮਰਜੈਂਸੀ ਦੇ ਵਿੱਚ ਦਾਖਲ ਹੈ, ਪਰ ਉਸ ਵੇਲੇ ਵੀ ਕਿਸੇ ਨੂੰ ਵੀ ਕੁਝ ਵੀ ਪਤਾ ਨਹੀਂ ਚੱਲਿਆ ਕਿ ਆਖਿਰ ਦੀਪ ਸਰਦਾਰਨੀ ਦੇ ਬ੍ਰਦਰ ਨੂੰ ਹੋਇਆ ਕੀ ਹੈ। ਤਾਂ ਤੁਹਾਨੂੰ ਦੱਸ ਦਈਏ, ਇੱਕ ਪੋਸਟ ਦੇ ਹੇਠ ਕਿਸੇ ਫੈਨ ਵੱਲੋਂ ਕਮੈਂਟ ਕੀਤਾ ਗਿਆ, ਜਿਸ ਵਿੱਚ ਉਸਨੇ ਪੁੱਛਿਆ ਸੀ ਕਿ ਆਖਿਰ ਇਸ ਵੀਰ ਨੂੰ ਹੋਇਆ ਕੀ, ਜਿਸ ਦੇ ਰਿਪਲਾਈ ਵਿੱਚ ਨਿਕਿਤਾ ਦੇ ਬ੍ਰਦਰ ਨੇ ਲਿਖਿਆ, ਹਾਰਟ ਅਟੈਕ ਹੋਇਆ ਭੈਣੇ, ਜਿਸ ਤੋਂ ਸਾਫ਼ ਹੋ ਜਾਂਦਾ ਹੈ ਕਿ ਦੀਪ ਸਰਦਾਰਨੀ ਦੇ ਬ੍ਰਦਰ ਨੂੰ ਇਸ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੀ ਕੋਈ ਸਿਹਤ ਸੰਬੰਧੀ ਪ੍ਰੋਬਲਮ ਨਹੀਂ ਸੀ। ਉਸ ਨੂੰ ਅਚਾਨਕ ਹਾਰਟ ਅਟੈਕ ਹੋਇਆ, ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ। ਬਾਕੀ ਤੁਸੀਂ ਪਰਮਾਤਮਾ ਅੱਗੇ ਅਰਦਾਸ ਜ਼ਰੂਰ ਕਰਨਾ ਕਿ ਪਰਮਾਤਮਾ ਇਹ ਦੁਖਦਾਈ ਸਮਾਂ ਝੱਲਣ ਦਾ ਪਰਿਵਾਰ ਨੂੰ ਬਲ ਬਖਸ਼ੇ।